26 ਸਾਲ ਹੋ ਗਏ ਜੀ ਮੇਰੀ ਭੈਣ ਨੂੰ ਵਿਆਹੀ ਨੂੰ। ਕੁੱਟ ਮਾਰ ਇਹਦੀ ਸ਼ੁਰੂ ਤੋਂ ਹੀ ਕਰਦਾ ਸੀ। ਮੈਨੂੰ ਕਹਿੰਦਾ ਮੈਂ ਤੇਰੀ ਭੈਣ ਦਾ ਘੋਗਾ ਚੱਕੂੰਗਾ। ਮੇਰੀ ਭੈਣ ਦਾ ਗਲ ਘੋਟ ਕੇ ਇਹ ਸਾਰਿਆਂ ਨੇ ਰਾਏ ਬੰਦੀ ਨਾਲ ਮੇਰੀ ਭੈਣ ਮਾਰੀ ਹੈ ਬਈ। ਉਹਦੇ ਸਾਰੇ ਢੂਈ 'ਚ ਗਲੇ 'ਤੇ ਸਾਰੇ ਨਿਸ਼ਾਨ, ਆਹ ਕੂਹਣੀਆਂ ਭੰਨੀਆਂ ਹੋਈਆਂ, ਢੂਈ ਭੰਨੀਆਂ, ਸਿਰ ਭੰਨਿਆ ਵਿਆ ਜੀ। ਉਹਦੇ ਕੋਨਾ ਕੋਨੇ 'ਤੇ ਸਾਰੇ ਸਰੀਰ 'ਤੇ ਸੱਟਾਂ ਹੈ ਜੀ। ਘੁੱਟ ਘੁੱਟ ਕੇ ਕਿਵੇਂ ਮਾਰੀ, ਗਲ ਘੁੱਟ ਕੇ ਮਾਰੀ, ਬਹੁਤ ਬੁਰਾ ਹਾਲ, ਸਾਰਾ ਮੂੰਹ ਚੇੜਿਆ ਵਿਆ ਜੀ। ਗਰੁੱਪ ਸੀਗਾ ਤੇ ਉਹਦੇ ਨੇ ਸਾਡੇ ਤੇ ਵਾਰ ਕਰਤਾ, ਮਾਰੀ ਗਈ ਇੱਥੇ ਆ। ਰਾਜਸਥਾਨ ਦੇ ਮੁੱਦੇ ਬਣਾਈ ਜਾਂਦੇ ਆ ਵੀ ਇੱਥੋਂ ਇੱਕ ਵਾਰੀ ਤੁਸੀਂ ਰਾਜਸਥਾਨ ਦੀ ਸਟੇਟ ਦੇ ਵਿੱਚ ਆ ਜਾਓ ਤੇ ਉੱਥੇ ਅਸੀਂ ਬੰਨ ਕੁਛ ਨਹੀਂ ਦੇਣਾ। ਇਹ ਸਾਰਾ ਕੁਛ ਮਿਲੀ ਭੁਗਤਾ ਜੀ, ਤੇ ਇਹਦੇ ਕਾਰਨ ਅਸੀਂ ਕਹਿੰਦੇ ਹਾਂ ਵੀ ਸਾਡੀ ਮਾਰੀ ਹੈ ਤੇ ਇੱਥੇ ਸਾਡਾ ਪਰਚਾ ਜਿਹੜਾ 302 ਦਾ ਜਿਹੜਾ ਬਣਦਾ ਹੈ, ਕਾਰਵਾਈ ਕੀਤੀ ਜਾਵੇ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਮੈਂ ਸੁਰਿੰਦਰਪਾਲ ਸਿੰਘ ਅਤੇ ਤੁਸੀਂ ਦੇਖ ਰਹੇ ਹੋ RMB ਟੈਲੀਵਿਜ਼ਨ। ਪਹੁੰਚੇ ਹਾਂ ਥਾਣਾ ਆਨੰਦਗੜ੍ਹ ਦੇ ਅੱਗੇ। ਇੱਥੇ ਇਹ ਜਿਹੜਾ ਪਿੰਡ ਹੈਗਾ ਆਨੰਦਗੜ੍ਹ, ਉੱਥੇ ਇੱਕ ਔਰਤ ਦੀ ਭੇਤ ਭਰੀ ਹਾਲਤ 'ਚ ਮੌਤ ਹੁੰਦੀ ਹੈ। ਪਰਿਵਾਰਕ ਮੈਂਬਰਾਂ ਦਾ ਇਤਰਾਜ਼ ਹੈ ਵੀ ਇਹ ਕਤਲ ਹੋਇਆ, ਤਾਂ ਜਥੇਬੰਦੀਆਂ ਨੂੰ ਨਾਲ ਲੈ ਕੇ ਧਰਨਾ ਲਾਇਆ ਹੋਇਆ ਥਾਣੇ ਦੇ ਅੱਗੇ। ਸੜਕ ਰੋਕੀ ਹੋਈ ਹੈ, ਸੜਕ ਜਿਹੜੀ ਹੈਗੀ ਹੈ ਬਾਦਲ ਵੱਲ ਨੂੰ ਜਾਂਦੀ ਹੈ, ਬਾਦਲ ਲੰਬੀ ਰੋਡ ਹੈ ਬਠਿੰਡਾ ਤੋਂ, ਉਹ ਸੜਕ ਨੂੰ ਜਾਮ ਕੀਤਾ ਹੋਇਆ। ਥਾਣੇ ਦੇ ਅੱਗੇ ਅਸੀਂ ਖੜ੍ਹੇ ਹਾਂ। ਤੋ ਜਿਹੜੀ ਔਰਤ ਹੈ ਜਿਹਦੀ ਮੌਤ ਹੋਈ ਹੈ, ਉਹਨਾਂ ਦੇ ਭੈਣ ਜੀ ਅਤੇ ਹੋਰ ਰਿਸ਼ਤੇਦਾਰ ਨੇ, ਜਥੇਬੰਦੀਆਂ ਦਾ ਵੀ ਅਸੀਂ ਪੱਖ ਜਾਣਾਂਗੇ ਵੀ ਧਰਨਾ ਕਿਉਂ ਲਾਇਆ ਗਿਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਨਾਂ ਤੁਹਾਡਾ ਜੀ? ਗੁਰਵਿੰਦਰ ਕੌਰ ਸੌਰੀ ਜੀ, ਮੇਰਾ ਇੱਥੇ ਮੇਰੇ ਪੇਕੀ ਮੇਰਾ ਕਾਲੇ ਆ। ਅੱਛਾ, ਅਤੇ ਜਿਹੜੇ ਬੀਬੀ ਦੀ ਮੌਤ ਹੋਈ ਆ ਉਹ ਤੁਹਾਡੇ ਭੈਣ ਜੀ ਸੀ? ਹਾਂ, ਮੇਰੀ ਵੱਡੀ ਭੈਣ ਸੀ ਵੀਰੇ। ਕੀ ਨਾਮ ਉਹਨਾਂ ਦਾ? ਉਹਨਾਂ ਨਾਲ ਵੀਰਪਾਲ ਸੀ ਜੀ, ਪੇਕੇ ਘਰ। ਅੱਛਾ, ਇਹ ਗੱਲ ਕੀ ਵਾਪਰੀ ਹੈ? ਇਹ ਗੱਲ ਜੀ, ਸਾਲ ਕੀ ਹੋਇਆ ਸੀ ਮੇਰੀ ਭੈਣ ਨੂੰ ਵਿਆਹੀ ਨੂੰ, ਸਾਲ ਤੋਂ ਬਾਅਦ ਮੇਰਾ ਭਣੋਈ ਗਿਆ, ਇਹਦੇ ਨਾਲ 420 ਕਰਨ ਲੱਗ ਗਿਆ ਸੀਗਾ। ਆਉਂਦਾ ਆਉਂਦਾ ਕਰਦਾ ਕਰਦਾ, ਹਰ ਹਾਲਤ 'ਚ ਕਰਦਾ ਕਰਦਾ, ਮੇਰੀ ਭੈਣ ਇੱਕ ਮਹੀਨਾ ਇੱਥੇ, ਨਿੱਕੇ ਨਿੱਕੇ ਬੱਚੇ ਹੋਣੇ, 4 ਮਹੀਨੇ ਮੇਰੀ ਭੈਣ ਆਪਦੇ ਪੇਕੀ, ਫਿਰ ਮੇਰੀ ਭੈਣ 2 ਮਹੀਨੇ ਇੱਥੇ, ਸਾਲ ਮੇਰੀ ਭੈਣ ਆਪਦੇ ਪੇਕੀ। ਮੇਰੀ ਭੈਣ ਤਾਂ ਜਿਹਦੇ ਦੀ ਜੀ ਵਿਆਹੀ ਸੀ, ਹਰ ਹਾਲਤ 'ਚ ਮੇਰੀ ਭੈਣ ਨੇ ਆਪਦੇ ਬੱਚੇ ਅਸੀਂ ਵੱਡੇ ਕਰ ਲਏ ਸੀ। ਦਿਹਾੜੀਆਂ ਕਰਦੀ ਸੀ ਮੇਰੀ ਭੈਣ, ਦਰੀਆਂ ਦੇ ਜਾਲੀਆਂ ਮੇਰੀ ਭੈਣ ਬਣਦੀ ਸੀ, ਲੋਕਾਂ ਦੇ ਨਰਮਾ ਮੇਰੀ ਭੈਣ ਚੁੱਕ ਕੇ ਆਉਂਦੀ ਸੀ, ਫਿਰ ਮੇਰੀ ਭੈਣ ਨੇ ਆਪਦਾ ਘਰ ਬੰਨ ਲਿਆ ਸੀ। ਇਹ ਬਾਹਰ ਫਿਰਦਾ ਰਹਿੰਦਾ ਸੀ, ਜਦੋਂ ਘਰ ਆ ਜਾਂਦਾ ਸੀ ਕੁੱਟਮਾਰ ਇਹਦੀ ਸ਼ੁਰੂ ਤੋਂ ਹੀ ਕਰਦਾ ਸੀ ਉਹਦੇ ਘਰ ਵਾਲਾ। ਉਹਦਾ ਘਰ ਵਾਲਾ ਤਾਂ ਜਿੱਦੇ ਦੀ ਮੇਰੀ ਭੈਣ ਗਈ ਸੀ, ਇੱਕ ਦਿਨ ਹੀ ਆਦਾ ਗਿਆ ਸੀਗਾ ਮੇਰੀ ਭੈਣ ਦਾ। ਕਿੰਨਾ ਚਿਰ ਹੋ ਗਿਆ ਵਿਆਹੇ ਨੂੰ ਜੀ? ਉਹਨਾਂ ਨੂੰ 26 ਸਾਲ ਹੋ ਗਏ ਜੀ ਮੇਰੀ ਭੈਣ ਨੂੰ ਵਿਆਹੀ ਨੂੰ। ਹੁਣ ਕੀ ਵਾਪਰਿਆ ਜੀ? ਹੁਣ ਇੱਕ ਬੇਟਾ ਅਤੇ ਇੱਕ ਇਹਦੀ ਨੂੰਹ। ਜਦੋਂ ਇੱਥੇ ਆਉਂਦੀ ਸੀ ਉਦੋਂ ਉਹ ਲੜਦੇ ਸੀ, ਆਉਂਦੇ ਅਸੀਂ ਤੈਨੂੰ ਮਾਰਾਂਗੇ। ਮੇਰੀ ਭੈਣ ਡਰਦੀ, ਫਿਰ ਪੇਕੀ ਵਗ ਜਾਂਦੀ, ਕਦੇ ਮੇਰੇ ਕੋਲ ਆ ਜਾਂਦੀ, ਕਦੇ ਮੇਰੀਆਂ ਦੂਜੀਆਂ ਭੈਣਾਂ ਕੋਲ ਵਗ ਜਾਂਦੀ। ਉੱਥੇ ਜਾਂਦੀ ਸੀ, ਉੱਥੇ ਬੰਦਾ ਹੁੰਦਾ ਸੀ, ਮੈਂ ਤੈਨੂੰ 100 ਰੁਪਏ ਦਿੰਦਾ। ਅੱਜ ਤੋਂ ਮਹੀਨਾ ਪਹਿਲਾਂ ਅਸੀਂ ਹਜ਼ੂਰ ਸਾਹਿਬ ਨਾਲ ਆਉਣ ਜਾਵੜੇ ਸੀ। ਉਸ ਤੋਂ ਬਾਅਦ ਮੈਨੂੰ ਜਦੋਂ ਅਸੀਂ ਹਜ਼ੂਰ ਸਾਹਿਬੋਂ ਆਏ, ਮੈਨੂੰ ਕਹਿੰਦਾ ਮੈਂ ਤੇਰੀ ਭੈਣ ਦਾ ਘੋਗਾ ਚੱਕੂੰਗਾ। ਮੈਂ ਮੁੜ ਕੇ ਉਹਨੂੰ ਆਖਿਆ ਵੀ ਮੇਰੀ ਭੈਣ ਤੈਨੂੰ ਕੀ ਕਹਿੰਦੀ ਹੈ? ਕਹਿੰਦਾ ਸੋਨੂੰ ਪਤਾ ਲੱਗ ਜੂਗਾ। ਮੈਂ ਚੁੱਪ ਕਰ ਗਈ। ਉਹ ਹਾਲਤ ਮੇਰੀ ਭੈਣ ਹੁਣ ਮੇਰੇ ਕੋਲ 2 ਦਿਨਾਂ ਦੀ ਆਈ ਸੀਗੀ। ਤੀਜੇ ਦਿਨ ਉਹ ਮੇਰੀ ਭੈਣ ਵਗ ਗਈ।
ਮੇਰੇ ਸਿੱਧੀ ਮੇਰੇ ਪਹਿਲਾਂ ਪੇਕੀ ਵੱਗ ਗਈ, ਪੇਕਿਆਂ ਤੋਂ ਉਹ ਖੁਦ ਉੱਥੇ ਵੱਗ ਗਈ। ਇਹ 420 ਨਾਲ ਮੇਰੀ ਭੈਣ ਦਾ ਗਲ ਘੋਟ ਕੇ ਇਹ ਸਾਰਿਆਂ ਨੇ ਰੈ ਬੰਦੀ ਨਾਲ ਮੇਰੀ ਭੈਣ ਮਾਰੀ ਹੈ ਬਈ। ਅੱਛਾ, ਤੁਸੀਂ ਕਦੋਂ ਆਏ ਇੱਥੇ, ਪਿੰਡ ਕਦੋਂ ਆਏ? ਆਨੰਦਗੜ੍ਹ ਸਾਡੇ ਮਾਏ 8 ਵਜੇ ਮੇਰੀ ਭੈਣ ਇੱਥੇ ਗਾਂ ਸਾਨੂੰ ਚੱਕਣ ਨਾ ਦੇਣ, ਸਾਨੂੰ ਕਰੀਆਂ ਲੰਗੌੜਾ ਆਂਗਾ ਇੱਥੇ। ਮੇਰੀ ਭੈਣ ਮਰੀ ਪਈ, ਕਿਸੇ ਦੀ ਭੈਣ ਮਰੀ ਪਈ ਹੋਵੇ, ਕਿਸੇ ਦੀ ਧੀ ਮਰੀ ਪਈ ਹੋਵੇ, ਇਹ ਆਏ ਆਖਣ ਕੋਲੇ ਮੁਲਾਜ਼ਮ ਖੜੇ ਹੋਣ ਵੀ ਲੰਗੌੜਾ ਇੱਥੇ ਕੀ ਲੈਣ ਆਈਆਂ। ਫਿਰ ਤਨ ਮਨ ਨੂੰ ਸਭ ਦੇ ਜੀ ਅੱਗ ਲੱਗਦੀ ਆ। ਕਿਵੇਂ ਪਤਾ ਲੱਗਦਾ ਵੀ ਗਲ ਘੁੱਟ ਹੈਗਾ, ਤੁਸੀਂ ਨਿਸ਼ਾਨ ਵਗੈਰਾ ਦੇਖੇ? ਮੈਂ ਤਾਂ ਸਾਰਾ ਕੁਝ ਦੇਖਿਆ ਜੀ। ਤੁਸੀਂ ਵੀ ਉਹਨਾਂ ਦੇ ਭੈਣ? ਹਾਂਜੀ, ਉਹਨਾਂ ਦੇ ਵੱਡੇ ਸੀਗੇ ਛੋਟੇ? ਮੈਥੋਂ ਛੋਟੇ ਸੀ। ਉਹਨਾਂ ਦੀ ਹਾਲਤ ਬਹੁਤ ਮਾੜੀ ਹੈ ਜੀ। ਉਹਦੇ ਸਾਰੇ ਢੂਈ 'ਚ ਗਲੇ 'ਤੇ ਸਾਰੇ ਨਿਸ਼ਾਨ, ਆਹ ਕੂਣੀਆਂ ਭੰਨੀਆਂ ਹੋਈਆਂ, ਢੂਈ ਭੰਨੀ ਹੈ, ਸਿਰ ਭੰਨਿਆ ਹੋਇਆ ਜੀ। ਉਹਦੇ ਕੋਨਾ ਕੋਨੇ 'ਤੇ ਸਾਰੇ ਸਰੀਰ 'ਤੇ ਸੱਟਾਂ ਹੈ ਜੀ। ਘੁੱਟ ਘੁੱਟ ਕੇ ਕਿਵੇਂ ਮਾਰੀ, ਗਲ ਘੁੱਟ ਕੇ ਮਾਰੀ। ਮੇਰੀ ਭੈਣ ਦੀ ਬੁਰੀ ਹਾਲਤ ਆ ਜੀ, ਤੁਸੀਂ ਵੇਖ ਸਕਦੇ ਹੋ ਉੱਥੇ ਜਾ ਕੇ, ਬਹੁਤ ਬੁਰਾ ਹਾਲ, ਸਾਰਾ ਮੂੰਹ ਚੇੜਿਆ ਹੋਇਆ ਜੀ। ਹੁਣ ਕੀ ਸਥਿਤੀ ਹੈ, ਹੁਣ ਕਿੱਥੇ ਨੇ ਉਹ, ਕਿ ਸੰਸਕਾਰ ਕਰਤਾ? ਨਹੀਂ ਜੀ, ਸੰਸਕਾਰ ਨਹੀਂ ਕਰਿਆ ਜੀ। ਇਹ ਕਰਦੇ ਸੀ, ਇਹ ਕਹਿੰਦੇ ਸੀ ਅਸੀਂ ਸੰਸਕਾਰ ਕਰ ਦਿਆਂਗੇ। ਹਾਂਜੀ, ਸਾਡੇ ਪਿੰਡ ਦੇ ਭਰਾਵਾਂ ਨੇ, ਪਿਤਾ ਨੇ, ਸਾਰਿਆਂ ਨੇ ਰਾਏ ਨਾ ਵੀ ਅਸੀਂ ਨਹੀਂ ਕਰਨ ਦਿੰਦੇ। ਅਜੇ ਤੁਹਾਨੂੰ ਕੀ ਕਿਉਂ ਲੱਗਦਾ ਵੀ ਉਹਨੂੰ ਮਾਰਿਆ ਗਿਆ? ਪਹਿਲਾਂ ਕੋਈ ਗੱਲਬਾਤ ਚੱਲਦੀ, ਭੈਣ ਦੱਸੀ ਦਿੰਦੀ ਇੱਕ ਦੂਜੇ ਨੂੰ ਵੀ ਆਹ ਗੱਲ ਆ, ਕਿਉਂ ਤੰਗ ਕਰਦਾ? ਜਦੋਂ ਦੀ ਸਾਡੀ ਭੈਣ ਵਿਆਹੀ ਸੀ ਨਾ, ਇਹਨਾਂ ਦੇ ਪਰਿਵਾਰ ਨੇ ਸਾਡੀ ਭੈਣ ਨਾਲ ਬੁਰੀ ਹਾਲਤ ਕਰਦੇ ਸੀ। ਨਸ਼ੇ ਨੁਸ਼ੇ ਕਰਦੇ ਸੀ ਉਹਨਾਂ ਦੇ ਘਰ ਵਾਲਾ ਜਾਂ ਹੋਰ? ਉਹ ਸ਼ਰਾਬ ਪੀਂਦਾ ਸੀ ਜੀ, ਹੋਰ ਕੁਛ ਖਾਂਦਾ ਹੋਊ ਸਾਨੂੰ ਨਹੀਂ ਪਤਾ। ਜਦੋਂ ਜੀ ਇਹੋ ਜਿਹੇ ਕੰਮਾਂ 'ਚ ਰਲਦਾ ਸੀ ਜਾਂਦਾ ਸੀ, ਸਾਨੂੰ ਨਹੀਂ ਪਤਾ ਕੀ ਖਾਂਦਾ ਸੀ। ਅਤੇ ਬਾਕੀ ਜੀ ਮੇਰੀ ਭੈਣ ਨੂੰ ਇਨਸਾਫ ਮਿਲਣਾ ਚਾਹੀਦਾ। ਭੈਣ ਸਾਡੀ ਮਾਰੀ ਹੈ, ਤਿੰਨਾਂ ਨੇ ਮਾਰੀ ਆ, ਇੱਥੇ ਮਾਰੀ ਆ। ਕਿਹਨੇ ਕਿਹਨੇ ਮਾਰੀ? ਨੋਨੇ, ਪੁੱਤ ਨੇ, ਤੇ ਘਰ ਵਾਲੇ? ਘਰ ਵਾਲੇ ਨੇ। ਹਾਂਜੀ, ਹਾਂਜੀ ਜੀ, ਫਤਿਹ। ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਕੱਲ ਅਸੀਂ ਆਏ ਸੀਗੇ, ਸਾਨੂੰ ਇਹਨਾਂ ਨੇ ਸੁਨੇਹਾ ਭੇਜਿਆ ਸੀ। ਅੱਛਾ, ਕੱਲ ਜਦੋਂ ਅਸੀਂ ਹਸਪਤਾਲ ਦੇ ਵਿੱਚ ਆਏ ਜੀ, ਉੱਥੇ ਆ ਕੇ ਲਾਸ਼ ਵੇਖੀ, ਲਾਸ਼ ਦੇ ਮੂੰਹ ਦੇ ਘਰੂਟ ਵੱਜੇ ਹੋਏ ਆ। ਅੱਛਾ, ਪੱਟਿਆ ਦੇ ਮੂੰਹ ਤੇ ਕਾਫੀ ਸੱਟਾਂ ਉਹਦੇ। ਠੀਕ ਹੈ ਜੀ। ਉਸ ਤੋਂ ਬਾਅਦ ਅਸੀਂ SSP ਦਫ਼ਤਰ ਗਏ, ਉਹਨਾਂ ਨੇ ਫੋਨ ਕਰਕੇ DSP ਸਾਹਿਬ ਨਾਲ ਦਾ ਨੰਬਰ ਵੀ ਦਿੱਤਾ, ਗੱਲ ਵੀ ਕਰੀ। DSP ਸਾਹਿਬ ਸ਼ਾਮ ਨੂੰ ਇੱਥੇ ਵੀ ਆਏ ਜੀ, ਰਾਤ 10:30 ਵਜੇ ਗਏ ਹਾਂ। ਅਸੀਂ ਉਹਨਾਂ ਨੂੰ ਬੇਨਤੀ ਇਹ ਕਰੀ ਸੀ ਵੀ ਬੰਦ ਦੀ ਕਾਰਵਾਈ ਕਰ ਦਿਓ, ਇਨਸਾਫ਼ ਕਰ ਦਿਓ। ਅਸੀਂ ਕਿਸੇ ਨਾਲ ਧੱਕਾ ਨਹੀਂ ਕਰਨਾ ਹੈਗੇ, ਕੋਈ ਜਥੇਬੰਦੀ ਦਾ ਨਾ ਹੀ ਅਸੂਲ ਹੈ ਕਿਸੇ ਨਾਲ ਧੱਕਾ ਕਰਨ। ਕਿਉਂ ਅਸੀਂ ਧੱਕਾ ਕਰਾਂਗੇ, ਅਸੀਂ ਕੁਛ ਲੈਣਾ ਨਹੀਂ ਕਿਸੇ ਤੋਂ। ਪਤਾ ਕੀ ਹੋਇਆ ਜੀ, ਜਦੋਂ ਅਸੀਂ ਇੱਥੇ ਆਏ, DSP ਸਾਹਿਬ ਕਦੇ ਤਾਂ ਕਹਿੰਦੇ ਰਾਜਸਥਾਨ 'ਚ ਮਰੀ ਹੋਊ, ਕਦੇ ਕਿਤੇ ਮਰੀ ਹੋਊ। ਚਲੋ ਉਹ ਤਾਂ ਜਾਂਚ ਹੋ ਜਾਣੀ ਹੈ ਜੀ, ਜਦੋਂ ਕਿਤੇ ਵੀ ਮਰੀ ਹੋਈ, ਰਾਜਸਥਾਨ 'ਚ ਮਰੀ ਜਾਂ ਇੱਥੇ ਮਰੀ, ਉਹ ਤਾਂ ਇਹਨਾਂ ਨੂੰ ਪਤਾ ਲੱਗ ਜਾਣਾ। ਪਰ ਜਿਹੜੀ ਬੰਦ ਦੀ ਕਾਰਵਾਈ ਤਾਂ ਉਹ ਇੱਥੇ ਹੋਣੀ ਹੈ, ਲਾਸ਼ ਇੱਥੇ ਪਈ ਹੈ ਆਪਣੇ ਬਠਿੰਡੇ, ਲਾਸ਼ ਪਈ ਹੈ ਜੀ। ਉਹਦਾ ਪੋਸਟਮਾਰਟਮ ਨਹੀਂ ਹਜੇ ਠੀਕ ਹੋਇਆ। ਨਵੇਂ SHO ਆਏ ਸੀ ਸੁਬਾਹ ਕੇ, ਮੈਂ ਮਿਲਿਆ ਜੀ ਇਹਨਾਂ ਨੂੰ, ਉਹ ਕਹਿੰਦੇ ਵੀ ਮੈਂ ਹਜੇ ਆਪਦਾ ਕਾਗਜ਼ ਪੱਤਰ ਦੇਖ ਲਾਂ ਅਤੇ ਘੰਟੇ ਕੁ ਤੀਕ ਮੈਂ ਤੁਹਾਡਾ ਹੱਲ ਕਰਦਾ। ਕੱਲ੍ਹ ਜਿਹੜੇ SHO ਉਹਨਾਂ ਨੂੰ ਮਿਲੇ, ਕੱਲ੍ਹ ਜਿਹੜੇ ਨਹੀਂ, RG ਲਾਇਆ ਗਿਆ ਸੀ ਹਾਕਮ ਸਿੰਘ ਜੀ, ਉਹ ਕੀ ਕਹਿੰਦੇ? ਉਹ ਵੀ ਬਸ ਇਹੀ ਕਹਿੰਦੇ ਸੀਗੇ ਵੀ ਵੀ ਰਾਜਸਥਾਨ 'ਚ ਮਰੀ ਹੋਊ ਜਾਂ ਕਿਵੇਂ ਵੀ, ਉਹ ਵੀ ਗੱਲ ਜੀ ਨਹੀਂ ਬਣੀ ਜੀ ਕੱਲ੍ਹ। ਅਤੇ ਅਸੀਂ ਇਹੀ ਬੇਨਤੀ ਕਰਦੇ ਪ੍ਰਸ਼ਾਸਨ, ਪਰਚਾ ਕੱਟੇ, ਹੁਣ ਜਿਹੜਾ ਰੋਡ ਰੋਕਿਆ, ਸਾਡੇ ਭੈਣ ਭਰਾ ਹੀ ਤੰਗ ਹੋਈ ਜਾਂਦੇ ਆ, ਠੀਕ ਹੈ ਨਾ, ਨੰਗੇ ਟਾਪੇ ਤੰਗ ਹੁੰਦੇ ਆ, ਪਰ ਸਾਡੀ ਮਜਬੂਰੀ ਬਣ ਗਈ। ਨਹੀਂ ਅੱਜ ਲਾਇਆ ਜੀ, ਕੱਲ੍ਹ ਸੁਬਾਹ ਸ਼ਾਮ ਨੂੰ ਕਹਿ ਕੇ ਗਏ ਸੀਗੇ ਵੀ DSP ਸਾਹਿਬ ਸਾਨੂੰ ਧੁੱਪੇ ਨਾ ਪਾਇਓ ਜੀ, ਸਾਡੀ ਬੰਦ ਦੀ ਕਾਰਵਾਈ ਜੀ ਤੁਸੀਂ ਕਰ ਦਿਓ। ਉਹ ਕਹਿੰਦੇ ਕੋਈ ਗੱਲ ਨਹੀਂ ਕਰਾਂਗੇ, ਚਲੋ ਗੋਂਗਲੂਆਂ ਤੋਂ ਮਿੱਟੀ ਝਾੜਤੀ। DSP ਸਾਹਿਬ ਨਾਲ ਅੱਜ ਗੱਲ ਹੋਈ ਦੁਬਾਰਾ? ਨਹੀਂ ਅੱਜ ਨਹੀਂ ਹੋਈ ਜੀ ਗੱਲ, ਅੱਜ SHO ਸਾਹਿਬ ਨੇ ਮਿਲੇ ਸੀਗੇ, ਇਹ ਸੁਬਾਹ ਆਏ ਅੱਜ ਹੀ ਹੈ ਜੀ। ਇਹ ਕਹਿੰਦੇ ਸਾਰੀ ਕਾਗਜ਼ ਪੱਤਰ ਵੇਲੇ, ਚਲੋ ਕੋਈ ਗੱਲ ਨਹੀਂ, ਕਾਗਜ਼ ਪੱਤਰ ਵੇਖ ਲਓ ਜੀ। 2-3 ਘੰਟੇ ਖੜ ਗਏ ਸੀਗੇ ਜੀ, ਉਹ ਹਜੇ ਤੀਕ ਗੱਲ ਥੋੜੀ ਮਾੜੀ ਆਨੰਦਗੜ੍ਹ ਗਈ ਹੈ ਅਤੇ ਬਣਾਈ ਰਾਜਸਥਾਨ ਦਾ ਜਾਂਦੇ ਜੀ, ਇੱਥੇ ਮਾਰੀ ਹੈ ਜੀ ਇਹਨਾਂ ਨੇ, ਲਿਆ ਕੇ ਮਾਰੀ। ਇੱਥੇ ਪੰਜਾਬ ਦੇ ਵਿੱਚ ਇਹਨਾਂ ਦਾ ਹੋਲਡ ਇਸ ਟਾਈਮ ਘੱਟ ਹੈ,
ਜਿਹੜਾ ਕਿ ਬਾਦਲ ਵਾਲਿਆਂ ਦਾ, ਇਹਨਾਂ ਦਾ ਓਲਡ ਰਾਜਸਥਾਨ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਜੀ, ਉੱਥੇ ਹੱਥ ਹੈ, ਇਹ ਮਾਰ ਕੇ ਇੱਥੇ ਤੇ ਬਣਾਉਣਾ ਉੱਥੇ ਚਾਹੁੰਦੇ ਆ ਵੀ ਰਾਜਸਥਾਨ ਦੇ ਵਿੱਚ ਜੇਕਰ ਇਹ ਕੇਸ ਆਉਂਦਾ ਤਾਂ ਅਸੀਂ ਰਫੂ ਦਫੂ ਕਰਾ ਦਿਆਂਗੇ, ਜਿਹੜਾ ਕਿ ਸਾਰਾ ਸਾਨੂੰ ਪਤਾ ਹੀ ਇਸ ਚੀਜ਼ ਦਾ ਮਾਰੀ ਗਈ ਇੱਥੇ ਆ, ਰਾਜਸਥਾਨ ਦੇ ਮੁੱਦੇ ਬਣਾਈ ਜਾਂਦੇ ਆ ਵੀ ਇੱਥੋਂ ਇੱਕ ਵਾਰੀ ਤੁਸੀਂ ਰਾਜਸਥਾਨ ਦੀ ਸਟੇਟ ਦੇ ਵਿੱਚ ਆ ਜਾਓ ਅਤੇ ਉੱਥੇ ਅਸੀਂ ਬੰਨ ਕੁਛ ਨਹੀਂ ਦੇਣਾ, ਇਹ ਸਾਰਾ ਕੁਛ ਮਿਲੀ ਭੁਗਤਾ ਜੀ, ਅਤੇ ਇਹਦੇ ਕਾਰਨ ਅਸੀਂ ਕਹਿੰਦੇ ਹਾਂ ਵੀ ਸਾਡੀ ਮਾਰੀ ਹੈ ਅਤੇ ਇੱਥੇ ਸਾਡਾ ਪਰਚਾ ਜਿਹੜਾ 302 ਦਾ ਜਿਹੜਾ ਬਣਦਾ ਕਾਰਵਾਈ ਕੀਤੀ ਜਾਵੇ ਉਹਨਾਂ ਅਨੁਸਾਰ। ਨੰਦਗੜ੍ਹ ਪਿੰਡ ਦੇ ਵਿੱਚੋਂ ਲਾਸ਼ ਬਰਾਮਦ ਹੋਈ ਹੈ ਘਰ ਚੋਂ ਤੇ ਹਾਂ ਭਾਈ, ਉਹਨਾਂ ਚਿਰ ਇਹਦਾ ਸੰਸਕਾਰ ਨਹੀਂ ਕਰਿਆ ਰਾਜਾ ਹੋਵੇ ਜਿੰਨਾ ਚਿਰ ਸਾਡੇ ਪਰਚਾ ਨਹੀਂ ਕੱਟੀ ਰਹੀ ਸੀ। ਬਹੁਤ ਔਖੀ ਗੱਡੀ ਆ ਜੀ, ਕੁੱਟਮਾਰ ਵੀ ਕਰੀ ਨਾਲ, ਮਤਲਬ ਲਾਸ਼ ਮਤਲਬ ਪੇਕੇ ਤੋਂ ਅਸੀਂ ਆ ਕੇ ਮਤਲਬ ਪੇਕੇ ਵਾਲਿਆਂ ਨੇ ਫੇਰ ਲਾਸ਼ ਮਤਲਬ ਇਹਨਾਂ ਤੋਂ ਖੋਹੀ ਹੈ, ਨਹੀਂ ਤਾਂ ਇਹ ਸੰਸਕਾਰ ਹੀ ਕਰ ਦੇਣਾ ਸੀ। ਸੀਗੇ ਮੌਕੇ ਜਦੋਂ ਗਏ ਹੋ ਘਰੇ ਲਾਸ਼ ਲੈਣ ਵਾਸਤੇ? ਅੱਛਾ, ਕੀ ਗੱਲ ਹੋਈ ਉੱਥੇ, ਕੀ ਦ੍ਰਿਸ਼ ਸੀਗਾ? ਜਦੋਂ ਅਸੀਂ ਦੇਖੀ ਗੁੱਡੀ ਦੀ ਡੈੱਡ ਬੋਡੀ, ਅਸੀਂ ਸਾਨੂੰ ਉਦੋਂ ਲੱਗਿਆ ਵੀ ਗੁੱਡੀ ਜਾਂ ਗਾਲ ਘੋਟ ਕੇ ਮਾਰੀ ਗਈ ਹੈ। ਘਰ ਵਾਲੇ ਕੀ ਕਹਿੰਦੇ? ਘਰ ਵਾਲੇ ਕਹਿੰਦੇ ਘਰੇ ਉਹ ਆਪ ਹੀ ਜਗਜੀਤ ਸੀ, ਬੱਚੇ ਵੀ ਸੀ, ਉਹਦਾ ਮਲੰਗਾ ਨੂੰ ਬਾਹਰ ਕੱਢੋ, ਇਹਨਾਂ ਨੂੰ ਬਾਹਰ ਚੜ ਕੇ ਸਾਨੂੰ ਗਲਤ ਬੋਲੇ। ਜਦੋਂ ਗੱਡੀ ਪੁਲਿਸ ਮੁਲਾਜ਼ਮ ਲੈ ਕੇ ਗਏ ਗੱਡੀ ਆਹ ਐਂਬੂਲੈਂਸ, ਜਦੋਂ ਉਹਦੇ ਵਿੱਚ ਗੁੱਡੀ ਦੀ ਅਸੀਂ ਡੈੱਡ ਬੋਡੀ ਰੱਖਤੀ, ਸਾਡੇ ਤੇ 76 ਮਰੇ ਆ ਸਾਡੇ ਸਾਹਮਣੇ ਮੁਲਾਜ਼ਮਾਂ ਨੇ ਆਖੇ ਕੁਝ ਨਹੀਂ। ਇੱਥੋਂ ਦੇ ਮਲੰਗ ਤੁਸੀਂ ਕਿੰਨੇ ਜਣੇ ਸੀ? ਮਲੰਗ ਬੰਦੇ ਸੀਗੇ ਜੀ, ਨੰਦਗੜ੍ਹ ਦੇ, ਅਸੀਂ ਘੱਟ ਗਿਣਤੀ ਬੰਦੇ ਸੀ, ਬਹੁਤ ਗਿਣਤੀ ਸੀਗੀ ਜੀ। ਅੱਛਾ, ਉੱਥੇ ਉਹਨਾਂ ਦਾ ਗਰੁੱਪ ਸੀਗਾ ਤੇ ਉਹਨਾਂ ਨੇ ਸਾਡੇ ਤੇ ਵਾਰ ਕਰਤਾ? ਹਾਂ, ਵਾਰ ਕਰਤਾ, ਫਿਰ ਅਸੀਂ ਬੰਦੇ ਹੋਰ ਸੱਦ ਲਏ ਤੇ ਆ ਜਾਓ ਹਸਪਤਾਲ 'ਚ ਦੇਖ ਲਾਂਗੇ। ਅੱਛਾ ਪ੍ਰਧਾਨ ਜੀ, ਜਿਵੇਂ ਹੁਣ ਸਾਰਿਆਂ ਨੇ ਦੱਸਿਆ ਹੀ ਹੈ ਵੀ ਜਿਹੜੀ ਲਾਸ਼ ਆ ਡੈੱਡ ਬੋਡੀ ਆ ਘਰੋਂ ਮਿਲੀ ਹੈ, ਤਾਂ ਫਿਰ ਇਸ ਤਰ੍ਹਾਂ ਜਿਹੜਾ ਪੁਲਿਸ ਦਾ ਜਿਹੜਾ ਵਤੀਰਾ ਹੈਗਾ ਵੀ ਰਾਜਸਥਾਨ ਤੋਂ DSP ਵੀ ਜ਼ਿੰਮੇਵਾਰ ਬੰਦਾ ਹੁੰਦਾ, ਉਹ ਇਸ ਤਰ੍ਹਾਂ ਕਹਿਣਾ ਵੀ ਤੁਸੀਂ ਵੀ ਜਾਂਦੇ ਰਹੇ ਨੂੰ, ਇੱਕ ਮਿੰਟ ਜੀ, ਜਾਂਦੇ ਰਹੇ ਨੂੰ ਫਿਰ ਇਸ ਤਰ੍ਹਾਂ ਕਦੇ ਇਨਸਾਫ਼ ਵਾਸਤੇ ਬੰਦਾ ਪੁਲਿਸ ਕੋਲ ਜਾਂਦਾ? ਵੇਖੋ ਜੀ, ਇਹਨਾਂ ਨੂੰ ਪਰਮਾਤਮਾ ਨੇ ਵਰਦੀ ਬਖਸ਼ੀ ਇਸੇ ਵਾਸਤੇ ਹੈ ਕਿ ਇਨਸਾਫ਼ ਕਰਨਗੇ। ਇਹ ਨਹੀਂ ਵੀ ਕਿਸੇ ਦੇ ਦੁਬਾਰੇ ਥੱਲੇ ਆ ਕੇ ਇੱਕ ਬੰਦਾ ਮਰਿਆ ਹੈ, ਉਹ ਬੰਦੇ ਦਾ ਇੰਨੇ ਜਣੇ ਰੌਲਾ ਪਾਈ ਜਾਂਦੇ ਵੀ ਸਾਡਾ ਬੰਦਾ ਮਾਰਤਾ, ਅਤੇ ਉਸ ਬੰਦੇ ਦੀ ਹਜੇ ਤੀਕ ਘਰੇ ਰੇਡ ਨਹੀਂ ਕੀਤੀ ਗਈ ਜੀ, ਹਜੇ ਤੀਕ ਉਹ ਬੰਦੇ ਨੂੰ ਫੜਿਆ ਨਹੀਂ ਗਿਆ, ਉਹਨਾਂ ਦੇ ਕੋਈ FIR ਕੱਟੀ ਜਾਵੇ ਨਹੀਂ, ਸਾਨੂੰ ਧੁੱਪੇ ਬੈਠਣ ਦਾ ਕੋਈ ਸ਼ੌਂਕ ਥੋੜ੍ਹਾ ਹੀ ਹੈ ਜੀ, ਕਿਉਂਕਿ ਸਾਡੀ ਮਜਬੂਰੀ ਬਣ ਜਾਂਦੀ ਹੈ, ਅਸੀਂ ਉਹਨਾਂ 'ਚ ਸੰਸਕਾਰ ਨਹੀਂ ਕਰਾਂਗੇ ਕੁੜੀ ਦਾ, ਸਾਡੇ ਨੂੰ 5 ਦਿਨ ਲੱਗਣ, ਸਾਡੇ ਨੂੰ 4 ਦਿਨ ਲੱਗਣ, ਸਾਡੇ ਨੂੰ 2 ਦਿਨ ਲੱਗਣ, ਜਦੋਂ ਸਾਡੀ FIR ਦੇ ਸਾਡੇ ਹੱਥ ਵਿੱਚ ਕਾਪੀ ਆ ਗਈ, ਮੁਲਜ਼ਮ ਫੜੇ ਗਏ, ਅਸੀਂ ਆਰ ਉਦੋਂ ਧਰਨਾ ਚੱਕਾਂਗੇ, ਉਹਨਾਂ ਚਿਰ ਸਾਡਾ ਅਨਮਿਸ਼ ਤੱਕ। ਕਿੰਨਾ ਕਿੰਨਾ ਲੋਕਾਂ ਦੇ ਖਿਲਾਫ਼ ਤੁਸੀਂ ਕਾਰਵਾਈ ਦੀ ਮੰਗ ਕਰ ਰਹੇ ਹੋ? ਜਿਹੜੇ ਕਿ ਇਹਨਾਂ ਦੇ ਪਰਿਵਾਰ ਨੇ ਲਿਖਾਏ ਆ ਜੀ, 3 ਜੀ ਮੁੰਡਾ ਦੇ ਖਿਲਾਫ਼। ਸਾਡੇ ਨਾਲ ਥਾਣਾ ਨੰਦਗੜ੍ਹ ਦੇ ਇੰਚਾਰਜ ਨੇ, ਗੱਲਬਾਤ ਕਰਾਂਗੇ, ਕੀ ਮਾਮਲਾ ਜੀ ਅਸਲ ਸਰ? ਇਹ ਕੰਪਲੇਂਟ ਆਈ ਹੈ ਜੀ ਇੱਥੇ ਦਵਿੰਦਰ ਕੌਰ ਵਾਈਫ ਆਫ ਜਗਜੀਤ ਸਿੰਘ ਜਿਹੜੇ ਨੰਦਗੜ੍ਹ ਦੇ ਆ, ਕੋਈ ਉਹਨਾਂ ਦੀ ਜਿਹੜੀ ਡੈੱਥ ਹੋਈ ਹੈ ਅਤੇ ਉਹਦੇ ਰਿਗਾਰਡਿੰਗ ਜਿਹੜੀ ਸਾਡੇ ਕੋਲ ਕੰਪਲੇਂਟ ਆਈ ਹੈ, ਉਹਦੇ ਅਸੀਂ ਕਾਰਵਾਈ ਕਰ ਰਹੇ ਹਾਂ ਅਤੇ ਅਸੀਂ ਜਿਹੜਾ ਇਹਨਾਂ ਦਾ ਕੰਪਲੇਂਟ ਆ ਉਹਦੀ ਸਟੇਟਮੈਂਟ ਵਗੈਰਾ ਰਿਕਾਰਡ ਕਰਨ ਲੱਗੇ। ਇਹਨਾਂ ਦਾ ਕਹਿਣਾ ਵੀ ਪੁਲਿਸ ਗੁੰਮਰਾਹ ਕਰ ਰਹੀ ਹੈ, ਕਹਿ ਰਹੀ ਹੈ ਵੀ ਰਾਜਸਥਾਨ 'ਚ ਕਤਲ ਹੋਇਆ, ਇਹ ਸਾਰੀਆਂ ਚੀਜ਼ਾਂ ਬਣਾ ਰਹੀ ਹੈ ਪੁਲਿਸ? ਉਹ ਪਹਿਲਾਂ ਕੋਈ ਫੈਕਟ ਵਗੈਰਾ ਨਹੀਂ ਸੀ ਨਾ, ਜਾਂ ਕੋਈ ਆਈਵਿਟਨੈਸ ਵਗੈਰਾ ਇਹਨਾਂ ਕੋਲ ਨਹੀਂ ਸੀਗਾ, ਉਹ ਤਾਂ ਕਰਕੇ ਜਿਹੜੇ ਉਹ ਵੈਰੀਫਾਈ ਦੀਆਂ ਚੀਜ਼ਾਂ ਜਿਹੜੀਆਂ ਕਰ ਰਹੇ ਸੀ। ਜਗਜੀਤ ਸਿੰਘ ਦਾ ਕਹਿੰਦੇ ਵੀ ਸਿਆਸੀ ਲੀਡਰਾਂ ਨਾਲ ਬਹਿਣਾ ਉੱਠਣਾ, ਜੋ ਸਾਹਿਬ ਨਾਲ ਮਨਪ੍ਰੀਤ ਬਾਦਲ ਨਾਲ, ਉਹਦੇ ਕਰਕੇ ਵੀ ਡਿਲੇਅ ਹੋ ਰਿਹਾ ਵੀ ਜਦੋਂ ਡੈੱਡ ਬੋਡੀ ਘਰੋਂ ਮਿਲੀ ਹੈ ਤਾਂ ਪਰਚਾ ਤਾਂ ਬਣਦਾ ਹੀ ਹੈ। ਨਹੀਂ, ਉਹਦੇ ਰਿਗਾਰਡਿੰਗ ਸਾਡੇ ਕੋਲ ਕੋਈ ਨਾ ਕੋਈ ਇਨਫੋਰਮੇਸ਼ਨ ਨਹੀਂ ਹੈ, ਪਰ ਜਿਹੜਾ ਕੋਈ ਜਿਹਨੇ ਕ੍ਰਾਈਮ ਕਰਿਆ ਅਸੀਂ ਉਹਦੇ ਦੇ ਖਿਲਾਫ਼ ਕਾਰਵਾਈ ਕਰਾਂਗੇ। ਤੁਸੀਂ ਹੁਣ ਤੱਕ ਕੀ ਜਾਂਚ ਕਰੀ ਹੈ ਵੀ ਕਤਲ ਹੋਇਆ ਜਾਂ ਕਿਵੇਂ? ਨਹੀਂ, ਉਹ ਸਟੇਟਮੈਂਟ ਲਿਖਾਉਣਗੇ ਨਾ, ਸਟੇਟਮੈਂਟ ਤੋਂ ਬਾਅਦ ਜਿਵੇਂ ਉਹ ਸਾਨੂੰ ਹਾਲਾਤ ਦੱਸਣਗੇ ਉਹਦੇ ਹਿਸਾਬ ਨਾਲ ਅਸੀਂ ਉੱਥੇ ਜਾ ਕੇ ਜਿਹੜੀ ਇਨਵੈਸਟੀਗੇਸ਼ਨ ਸਾਡੀ ਚੱਲੂਗੀ। ਠੀਕ ਹੈ, ਤਾਂ ਗੱਲਬਾਤ ਅਸੀਂ ਕਰ ਰਹੇ ਸੀਗੇ ਜਿਹੜੇ ਮੈਂਬਰ ਹੈਗੇ ਆ ਜਿਨ੍ਹਾਂ ਦੀ ਔਰਤ ਦੀ ਮੌਤ ਹੋਈ ਹੈ, ਕਿਸਾਨ ਜਥੇਬੰਦੀਆਂ ਅਤੇ ਥਾਣਾ ਦੇ ਇੰਚਾਰਜ ਨੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਆ, ਉਹ ਕਹਿੰਦੇ ਵੀ ਅਸੀਂ ਇਨਸਾਫ਼ ਜ਼ਰੂਰ ਦੇਵਾਂਗੇ। ਧੰਨਵਾਦ।